ਪਟਿਆਲਾ ਨੂੰ ਹੁਣ ਜ਼ਰੂਰਤ ਹੈ ਇੱਕ ਨਵੇਂ ਆਗਾਜ਼ ਦੀ, ਸੱਚ ਦੀ ਆਵਾਜ਼ ਦੀ। ਅਤੇ ਪਟਿਆਲਾ ਦੇ ਵਾਸੀਆਂ ਨੇ ਹੁਣ ਚੁਣਨਾ ਪੜ੍ਹੇ ਲਿਖੇ, ਹੁਸ਼ਿਆਰ, ਸੂਝਵਾਨ ਅਤੇ ਸਮਾਜਿਕ ਤੌਰ 'ਤੇ ਲੋਕਾਂ ਵਿੱਚ ਵਿਚਰਨ ਵਾਲੇ ਨੇਤਾ ਨੂੰ ਜੋ ਉਹਨਾਂ ਦੇ ਹੱਕ ਦੀ ਆਵਾਜ਼ ਨੂੰ ਬੁਲੰਦ ਕਰ ਸਕੇ। ਪ੍ਰੋਫੈਸਰ ਪੰਕਜ ਮਹਿੰਦਰੂ ਉਹ ਚਿਹਰਾ ਹਨ ਜੋ ਪਟਿਆਲਾ ਨੂੰ ਨਵੇਕਲੀ ਨੁਹਾਰ ਦੇ ਸਕਦੇ ਹਨ। ਪਟਿਆਲਾ ਦੇ ਵਾਸੀਆਂ ਵੱਲੋਂ ਪ੍ਰੋਫੈਸਰ ਸਾਹਿਬ ਨੂੰ ਆਪਣਾ ਨੇਤਾ ਚੁਣਨ ਲਈ ਭਰਵਾਂ ਹੁੰਗਾਰਾ ਮਿਲ ਰਿਹਾ। ਪ੍ਰੋਫੈਸਰ ਸਾਹਿਬ ਆਜ਼ਾਦ ਉਮੀਦਵਾਰ ਵਜੋਂ ਚੋਣਾਂ ਲੜਨਗੇ ਅਤੇ ਪਟਿਆਲਾ ਵਾਸੀਆਂ ਨੂੰ ਉਹਨਾਂ ਦੇ ਹੱਕ ਦਿਵਾਉਣਗੇ। ਪਟਿਆਲਾ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸ਼ਹਿਰ ਦੇ ਹਰਮਨ ਪਿਆਰੇ ਚਿਹਰੇ ਨੂੰ ਜ਼ਰੂਰ ਚੁਣਨ। ਵੱਧ ਤੋਂ ਵੱਧ ਲੋਕ ਪਟਿਆਲਾ ਅਰਬਨ ਤੋਂ ਪਟਿਆਲਾ ਦੇ ਇਸ ਪੁੱਤਰ ਨੂੰ ਵੋਟ ਪਾਉਣ ਅਤੇ ਪਟਿਆਲਾ ਨੂੰ ਸਭ ਤੋਂ ਵਧੀਆ ਸ਼ਹਿਰ ਬਣਾਉਣ ਵਿੱਚ ਉਹਨਾਂ ਦੀ ਮਦਦ ਕਰਨ। ਪ੍ਰੋਫੈਸਰ ਪੰਕਜ ਮਹਿੰਦਰੂ ਨੂੰ ਪਟਿਆਲਾ ਅਰਬਨ ਤੋਂ ਹਰ ਉਸ ਇਨਸਾਨ ਦੀ ਹਮਾਇਤ ਮਿਲ ਰਹੀ ਹੈ ਜੋ ਸਮਾਜਿਕ ਤੌਰ 'ਤੇ ਆਪਣੇ ਹੱਕਾਂ ਪ੍ਰਤੀ ਸੁਚੇਤ ਹੈ ਅਤੇ ਉਹ ਚਾਹੇ ਬੇਰੁਜ਼ਗਾਰ ਹੋਵੇ, ਆਮ ਇਨਸਾਨ ਹੋਵੇ, ਦੁਕਾਨਦਾਰ ਹੋਵੇ, ਮਜ਼ਦੂਰ ਜਾਂ ਕਿਸਾਨ ਜਾਂ ਪੈਨਸ਼ਨ ਲੈਣ ਵਾਲੇ ਸਾਡੇ ਬਜ਼ੁਰਗ। ਪੜ੍ਹੇ ਲਿਖੇ ਅਤੇ ਊਰਜਾ ਭਰਪੂਰ ਪ੍ਰੋਫੈਸਰ ਸਾਹਿਬ ਨੇ ਆਪਣੀ ਮੈਨੀਫੈਸਟੋ ਦੇ ਵਿੱਚ ਸਿਹਤ ਅਤੇ ਸਿੱਖਿਆ, ਰੁਜ਼ਗਾਰ, ਸ਼ਹਿਰ ਦੀਆਂ ਸੜਕਾਂ ਦਾ ਵਿਕਾਸ, ਡਰੇਨੇਜ ਸਿਸਟਮ ਆਦਿ ਦੀ ਉਚਿਤ ਵਿਵਸਥਾ ਦਾ ਕਰਨਾ ਸ਼ਾਮਿਲ ਕੀਤਾ ਜੋ ਕਿ ਹਰ ਪਟਿਆਲਵੀ ਚਾਹੁੰਦਾ ਹੈ। ਚਾਹੁੰਦੇ ਹੋ ਪਟਿਆਲਾ ਦਾ ਵਿਕਾਸ ਤਾਂ ਰੱਖੋ ਸਿਰਫ ਪ੍ਰੋਫੈਸਰ ਮਹਿੰਦਰੂ 'ਤੇ ਆਸ।